ਅਸਲਾਮ ਵਾਲਕਮ ਦੋਸਤੋ, ਕੀ ਹਾਲ ਚਾਲ ਨੇ ਤੁਹਾਡਾ? ਮੇਰੇ ਬਾਰੇ ਆਜ਼ਮ ਤੁਸੀਂ ਫਿਰ ਸੁਣਾ ਪੰਜਾਬ ਟੀਵੀ ਤੁਹਾਡਾ ਸੱਚੇ ਨੂੰ ਮੋਟਿਵ ਲੈ ਕੇ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਹਿੰਦਾ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਦਬਾਓ, ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਬਸਾਨੀ ਪਹੁੰਚ ਰਵੇ। ਨੰਬਰ ਹੁੰਦਾ 0354-1600-11, ਇਹੀ ਵਟਸਐਪ ਨੰਬਰ। ਤੁਸੀਂ ਮਤਲਬ ਆਪਣੇ ਚੈਨਲ ਨੂੰ ਸ਼ੇਅਰ ਤੇ ਲਾਈਕ ਲਾਜ਼ਮੀ ਕਰਨਾ ਤੇ ਲਾਈਕ ਤੇ ਸ਼ੇਅਰ ਕਰਿਆ, ਕੋਈ ਫਰਕ ਨਹੀਂ ਪੈਂਦਾ। ਤੇ ਮਾਸ਼ਾਲਾ ਮੇਰੇ ਸੱਜੇ ਪਾਸੇ ਪਿਓਰ ਨੀਲੀ ਮੱਝ ਮਾਸ਼ਾਲਾ ਆਈ ਹੈ। ਗੱਲ ਇਸ ਤਰ੍ਹਾਂ ਦੀ ਹੈ, 31 ਪਸ਼ਮ ਹੱਡੀ, ਇੱਕ ਮਾਸ਼ਾਲਾ ਕੁਹਾਲਾ ਹੱਡੀ, ਇਹਨੂੰ ਆਨੇ ਜਨਮ, ਚਾਰੇ ਹੱਡੀਆਂ ਮਾਸ਼ਾਲਾ, ਬਾਲਟੀਆਂ ਜਿਹੜਾ ਵੀ ਭਰਾ ਟੰਗ ਸਕਦਾ ਮਾਸ਼ਾਲਾ, ਮੱਝ ਦੀਆਂ ਜਨਮ ਹੱਡੀਆਂ ਨੇ। ਆਹ ਜਿਹੜੀ ਮਾਸ਼ਾਲਾ ਮੱਝ ਦਾ ਥਣ ਜਿਹੜਾ ਬੜਾ ਸੋਹਣਾ ਲਾਜਵਾਬ ਮੋਟਾ ਥਣ ਮਾਸ਼ਾਲਾ, ਬਾਕੀ ਥੱਬਿਆਂ ਦੇ ਬਹਾਨੇ ਲਾਈ ਖੜੀ ਮੱਝ ਮਾਸ਼ਾਲਾ, ਇਹਨੂੰ ਆਨੇ ਥੱਬਿਆਂ ਦੇ ਬਹਾਨੇ ਅਤੇ ਪੰਡਾ ਮਾਸ਼ਾਲਾ, ਬਾਕੀ ਗਿੱਠ ਗਿੱਠ ਮਾਸ਼ਾਲਾ ਵਾਨਾ ਬਾਹਰ ਕੱਢੀ ਖੜੀ ਹੈ। ਬਰੀਕ ਮਾਝੇ ਜਿਵੇਂ ਟਿਸ਼ੂ ਪੇਪਰ ਹੁੰਦਾ, ਮਾਝ ਦਾ ਥਣ ਪਾਵਰਾ ਥਣ ਮੋਟਾ ਥਣ ਹੈ, ਬਾਕੀ ਧੁਨੀ ਕੋਈ ਦਾ ਨਿਸ਼ਾਨ ਬਿਲਕੁਲ ਕੋਈ ਮਾਝ ਦਾ। ਮਾਝ ਨਿੱਕੀ ਨਿੱਕੀ ਸਿੰਗੀ ਹੈ, ਚਿੱਟੀਆਂ ਖਾਣੇ ਜਿਵੇਂ ਬਲਬ ਹੁੰਦਾ ਮਾਸ਼ਾਲਾ, ਇਹਨੂੰ ਮੈਂ ਸਿੰਗੀ ਵਿਖਾਓ ਕੈਮਰਾਮੈਨ ਸਾਹਿਬ। ਬਾਕੀ ਮਾਝ ਜਿਹੜੀ ਸ਼ਾਹਕਾਰੀ ਅੱਖਾਂ ਨੇ ਮਾਸ਼ਾਲਾ, ਧੁਨੀ ਕੋਈ ਦਾ ਨਿਸ਼ਾਨ ਬਿਲਕੁਲ ਕੋਈ ਹੈ। ਮਾਝ ਜਿਹੜੀ ਹੈ ਸਾਰੀ ਲਾਜਵਾਬ ਹੈ ਮਾਸ਼ਾਲਾ, ਪੈਰ ਇੰਝ ਪਿਆਰੀਆਂ ਹੁੰਦੀਆਂ ਨੇ, ਸੋਹਣੀ ਮੱਝ ਮਾਸ਼ਾਲਾ, ਲਾਜਵਾਬ ਮੱਝ ਹੈ। ਬਾਕੀ ਇਹ ਭਾਈ ਤੋਂ ਗੱਲਾਂ ਪੁੱਛਾਂਗੇ ਸਾਰੀਆਂ। ਇਹ ਸੂਈਏ ਜਾਂ ਸੂਣ ਵਾਲੀ ਮਾਸ਼ਾਲਾ, ਇਹ ਵੇਖੋ ਜੀ, ਇਹ ਬਟਨ ਲੱਗੇ ਨੇ ਮਾਸ਼ਾਲਾ, ਮੋਟੇ ਮੋਟੇ ਬਟਨ ਲੱਗੇ ਨੇ ਮਾਸ਼ਾਲਾ। ਮਾਝ ਦਾ ਥੱਬੇ ਜਿੱਦਾਂ ਬਹਾਨਾ ਲਾਈ ਖੜੀਏ, ਇਹਨੂੰ ਥੱਬਿਆਂ ਦੇ ਬਹਾਨੇ ਅਤੇ ਪੰਡਾ ਮਾਸ਼ਾਲਾ। ਬਾਕੀ ਗੱਲਬਾਤ ਕਰ ਲਾਂਗੇ ਭਾਈ ਸਾਰੇ। ਸਮਾਂ ਲੱਗਾ ਭਾਈ ਸ਼ੌਕਰ? ਵਾਲੇਕੁਮ ਸਲਾਮ ਭਾਈ ਸ਼ੌਕਰ, ਮੈਂ ਆਪਣੀ ਘਰ ਦੀ ਜੀ। ਹਾਂਜੀ, ਘਰ ਦੀ। ਅੱਛਾ ਜੀ, ਕਿੰਨੇ ਦਿਹਾੜੇ ਦਾ ਨਹੀਂ ਸੁਣਦੇ? ਮੈਂ ਅੱਜ ਬਾਈ ਰਿਆਜ਼ ਨਾ, ਮੈਂ ਹਫ਼ਤਾ ਲੈ ਗਿਆ ਸੀ। ਅੱਛਾ, ਹਫ਼ਤਾ ਲੈ ਜਾਏਗੀ ਮਾਸ਼ਾਅੱਲਾ। ਕੱਦ ਮਾਸ਼ਾਅੱਲਾ ਕਿੰਨਾ ਮੈਂ ਪਹਿਲੇ ਦੱਸ ਦੋ? ਕੱਦ ਮਾਂ ਤਾਂ ਪੱਕਾ ਜਿਹੜਾ ਨਾ 5 ਫੁੱਟ। 5 ਫੁੱਟ ਮਾਸ਼ਾਅੱਲਾ, ਵਾਕਈ 5 ਫੁੱਟ। ਇਹ ਮਾਂ ਨੀਲੀ ਦੀ ਨੀਲੀ ਬਾਹਰ ਦੀ? ਇਹ ਨੀਲੀ ਬਾਹਰ ਦੀ ਮਾਂ। ਅੱਛਾ, ਨੀਲੀ ਬਾਹਰ ਦੀ ਮਾਂ, ਚਰਨ ਫਿਰਨ ਵਾਲੀ ਮਾਂ। ਅੱਛਾ, ਇਹ ਹੱਡੀਆਂ ਜਿਹੜੀਆਂ ਮਾਸ਼ਾਅੱਲਾ ਬੜੀਆਂ ਸੋਹਣੀਆਂ ਮਾਂ ਦੀ ਹੱਡੀਆਂ। ਹੱਡੀ ਮਾਸ਼ਾਅੱਲਾ ਮਾਂ ਨੂੰ ਆ ਵੇਖੇ ਨਾ, ਕਿਨਾ ਮੈਂ ਜਾਂਦੇ ਗੜੁੰਮ। ਅੱਛਾ, ਗੜੁੰਮ ਵਾ, ਤਰਾ ਹੱਡੀਆਂ ਹੋ ਗਈਆਂ। ਅੱਛਾ, ਇੱਕਾ ਹੱਡੀ ਕੁਆੜਾ ਹੱਡੀ, ਕੁਆੜਾ ਹੱਡੀ। ਟਾਕਾਂ ਵੇਖ ਲਾ ਮਾਂ ਜੀ, ਕਲੀਆਂ ਕਲੀਆਂ, ਵਾਕਿਆ ਕੋਈ ਸ਼ੱਕ ਨਹੀਂ। ਆ ਖੁੱਡੇ ਵਾਲੀ ਹੱਡੀ ਵੇਖ ਲਾ ਮਾਂ ਜੀ, ਅਸੀਂ ਤਲਵਾਰਾਂ ਤਰ੍ਹਾਂ ਖੜੀਆਂ ਮਾਂ ਜੀ। ਵਾਕਿਆ ਅੱਜ ਛੁਰੀ ਮਾਰ ਕੇ ਨਾ ਬੰਦੇ ਕਈ ਮਾਂ ਹੁੰਦੀਆਂ ਹੱਡੀਆਂ, ਛੁਰੀ ਮਾਰ ਕੇ ਚੈੱਕ ਆ ਸਾਰਾ ਬੰਦਾ, ਵਾਕਿਆ ਹੱਡੀਆਂ ਇੱਕ ਇੱਕ 3 ਨੇ, ਇੱਕ ਹੱਡੀ ਜਨਮ। ਇਹ ਇਨਸ਼ਾਅੱਲਾ ਲਿਖ ਲਈ ਹਿੱਕਾ। ਅੱਛਾ, ਹਾਂਜੀ, ਇੱਕ ਹੱਡੀ ਜਨਮ ਜਨਮ, ਚਾਰੇ ਜਿਹੜੀ ਨਾ ਪਿੱਛੋਂ ਮਾਂ ਮਾਸ਼ਾਅੱਲਾ, ਸਾਰੀ ਮਾਂ ਚੰਗੀ ਸੋਹਣੀ ਬੜੀ ਲੱਗਦੀ। ਅੱਲਾ ਬਾਦ ਨਾਲ ਬਚਾਵੇ ਇਹਨੂੰ, ਮਾਂ ਵਿੱਚ ਕੋਈ ਸ਼ੱਕ ਨਹੀਂ ਜੀ, ਤੇ ਪੱਤ ਮੋਟੇ ਮਾਂ ਦੇ ਨਹੀਂ ਮਾਸ਼ਾਅੱਲਾ। ਉਹ ਤਾਂ ਆਪਾਂ ਦੇਖੀ ਤੇ ਸਾਹਮਣੇ ਖੜੀ, ਆਪਾਂ ਕਿਹੜਾ ਅੱਲਾ ਮਾਫੀ 2 ਨੰਬਰੀ ਕੀਤੀ ਖੜੇ ਆ, ਕਿਉਂ ਜੀ? ਨਿਵਾਕਾ ਕੋਈ ਸ਼ੱਕ ਨਹੀਂ, ਹਾਂਜੀ, ਪੱਤ ਮੋਟੇ ਮਾਸ਼ਾਅੱਲਾ, ਗਿੱਠ ਅਜੇ ਤੇ ਤਾਂ ਮਾਂ ਲਾਏ ਹੁਣ ਪਈ ਏ, ਨਿਵਾਕਾ ਕੋਈ ਸ਼ੱਕ ਨਹੀਂ, ਸਮਝ ਆਈ ਕੋਈ ਨਹੀਂ। ਜਿਹੜੀ ਕੱਕੀ ਮਾਂ ਮਾਸ਼ਾਅੱਲਾ, ਹਾਂਜੀ, ਕੱਕੀ ਮਾਂ ਜਲ ਕੱਕੀ ਦਿੰਦੀਆਂ ਵੇਖਾਂ ਨਾ। ਅੱਛਾ ਜੀ, ਹਾਂਜੀ, ਹਾਂ, ਮੋੜ ਸਾਰਾ ਤੇ ਦੁੱਪਾਂ ਚੜਦੀਆਂ। ਹਾਂ, ਕੱਕੀ ਮਾਂ ਜਿਹੜੀ ਪਸ਼ਮ ਹੁੰਦੀ, ਕੱਕੀ ਜਿਹੜੀ ਪਸ਼ਮ ਹੁੰਦੀ ਏ, ਹਾਂਜੀ, ਉਹ ਕਈ ਬੰਦਿਆਂ ਨੇ ਮੈਂ ਚੰਗੀ ਹੁੰਦੀ, ਦੁੱਧ ਵੀ ਜ਼ਿਆਦਾ ਦਿੰਦੀ, ਮੈਂ ਨੀਲੀ ਦੀਆਂ ਰਿਹਾ ਹੁੰਦੀ ਕੱਕੀ ਪਸ਼ਮ ਵਾਲੀ। ਮੋੜ ਸਾਰਾ ਤੇ ਮਾਂ ਬਾਹਰ ਚ ਧੱਕੇ ਖਾਂਦੀਆਂ, ਦੁੱਪਾਂ ਚ ਕਿਉਂ ਜੀ, ਘਟਿਆਂ ਚ ਬਾਹੋ, ਹੋਰਾਂ ਭਰਾਂ ਕਿਉਂ ਜੀ? ਅੱਛਾ ਜੀ, ਹਾਂਜੀ, ਕੱਕੀ ਬਾਹਰ ਤਾਂ ਮੁੜ ਲੋਈ ਤਾਂ ਮਾਂ ਦੇਵਣੀ ਹੁੰਦੀ, ਵਾਕੇ ਕੋਈ ਸ਼ੱਕ ਨਹੀਂ, ਹਾਂਜੀ, ਤੇ ਮਾਂ ਬਰੀਕ ਵੀ ਮਾਸ਼ਾਅੱਲਾ ਬੜੀ, ਮਾਸ਼ਾਅੱਲਾ ਇਹਦੇ ਵੇਖ ਜੀ ਟਿਸ਼ੂ ਪੇਪਰ ਹੁੰਦਾ। ਅੱਛਾ, ਮਾਸ਼ਾਅੱਲਾ ਵੇਖੋ ਵੇਖੋ ਜੀ, ਬਿਲਕੁਲ ਬਰੀਕ ਮਾਂ ਵੇਖੋ, ਵੇਖ ਲਾ ਖੁੰਡਾ, ਵੇਖ ਲਾ ਮਾਂ ਦਾ ਪੂਛ, ਵੇਖ ਮਾਂ ਦੀ ਕਿਉਂ ਜੀ ਥਣ, ਵੇਖ ਮਾਂ ਨੂੰ ਦੋਹਰਾ ਲੱਗੋ ਆ। ਅੱਛਾ ਜੀ, ਸਮਝ ਆਈ ਕੋਈ ਨਹੀਂ, ਕਿਆ ਗੱਲ ਸੁਣ ਮੇਰੀ, ਮੈਂ ਤੇ ਸਾਰੀ ਚੰਗੀ ਹੈ, ਮੁੱਲ ਕਰਨੇ ਪੱਕਾ ਪੀਡਾ, ਮੈਂ ਵੱਖੀ ਮਾਸ਼ਾਅੱਲਾ ਬਿਲਕੁਲ ਨਿੱਕੀ ਬਿਲਕੁਲ ਜੀ ਮਾਕਸ ਬੰਦ ਰੱਖ ਸਕਦਾ, ਤੇ ਮੁੱਲ ਕਰ ਪੱਕਾ ਪੀਡਾ ਜਿੱਥੇ ਆਪਾਂ ਮੈਂ ਵੇਚ ਦੇਣੀ। ਭਾਈ ਰਿਆਜ਼ ਪਤਾ ਕੀ ਹੈ, ਮੁੱਲ ਤਾਂ ਨਾ 6.5 ਕੀਤੀ ਜਾਂਦੇ ਆ, 6.60-70 ਹੀ ਕਰ ਲੈਂਦੇ ਆ। ਅੱਛਾ ਜੀ, ਮੌਸਮ ਨੂੰ ਲਿਆਜ਼ ਨੂੰ ਵੇਖ ਤੇ, ਅੱਛਾ, ਆਪਾਂ ਮੁੱਲ ਕਰਸਾਂ ਮਾਂ ਦਾ 2 ਹਰਫਾ ਦਿੰਦਾ ਪੱਕਾ ਮੁੱਲ ਕਰ, ਜਿੱਥੇ ਮੈਂ ਵੇਚ ਦੇਣੀ ਆਪਾਂ।
ਆਪਾਂ ਮਾਂ 6 ਲੱਖ ਦੀ ਦੇ ਦਿੱਤਾ, 6 ਲੱਖ ਦੀ, ਹਾਂਜੀ ਮਾਂ ਆਪਾਂ ਦੀ ਚੌਕੀ ਚੰਗੀ ਹੈ, ਮਾਂ ਅੱਲਾ ਦੇ ਹੁਕਮ ਨਾਲ 20 ਸੇਲ ਕ੍ਰਾਸ ਕਰਾਣਾ, ਅੱਲਾ ਦੇ ਹੁਕਮ ਨਾਲ, ਮੈਂ ਵਾਕਈ ਭਾਈ ਚੰਗੀ ਗਣੀ ਹੁਣ ਤਰੀਫਾਂ ਕੀਤੀ ਰੱਖੀ ਹੈ, ਕਿਉਂ ਦੀ ਆ ਗੁਲਾਮਣਾ ਅੰਨਾ ਨਹੀਂ ਹੁੰਦਾ, ਵਾਕਈ ਇਵੇਂ ਗੱਲ ਹੈ, ਉਹ ਆਪਾਂ ਨਾਲ ਗਣੇ ਸਿਆਣੇ ਬੈਠੇ ਹੁੰਦੇ ਜਿਹੜੇ ਬੰਦੇ ਵੀਡੀਓ ਵੇਖਦੇ ਨਾ, ਹਾਂਜੀ ਇਹ ਜਿਹੜੀ ਮੱਝਾਂ ਨੂੰ ਪਾਈ ਸ਼ੌਕਿਆ ਬੜੀ ਬੜੀ ਮੱਝਾਂ ਪਾਈਆਂ ਨੇ, ਇਹ ਡੀਆਂ ਜਿਹੜੀਆਂ ਨੇ ਕੱਟ ਲੱਗਦੀਆਂ ਮੱਝਾਂ ਬੰਦਿਆ, ਇਹ ਨੋ ਤੇ ਮੈਂ ਤੇ 100 ਮਾਂ ਚ ਟੁਰਸੀ ਨਾ 10 ਮਹੀਨ ਲੱਭਸੇ, ਅੱਛਾ ਤੇ 90 ਮਾਂ ਉਸੀ 63 ਹੱਡੀਆਂ ਵਾਲੀ, ਕਿਸੇ ਦੀ ਹੱਡੀ ਇਦੂ ਖਾਈ ਨਹੀਂ, ਕਿਸੇ ਦੀ ਆਈ ਹੋ ਗਈ, ਕਿਸੇ ਦੀ ਡਿੰਗੀ ਹੋ ਗਈ, ਸਮਝ ਆ ਗਈ ਕੋਈ ਨਹੀਂ, ਵਾਕਈ ਇਵੇਂ ਗੱਲ ਹੈ, 100 ਮਾਂ ਚ 10 ਮਹੀਨੇ ਉਸੇ ਨੀ ਇੱਕ ਹੱਡੀ ਆ, ਤੇ ਪਾਈ ਸ਼ੌਕਾ ਜਿਹੜੀ ਮੱਝ ਬੰਦਾ 20 ਭਰਾ ਲੈ ਜਾ, ਬਿਆਮਾ ਕਰਾ ਦੇਵੇ, ਕੋਈ ਮੈਂ ਸੂਈ ਲਿਆਣੀ ਹੈ 40-50 ਹਜ਼ਾਰ ਰੁਪਇਆ, ਬਿਲਕੁਲ ਜੀ ਠੀਕ ਹੈ, ਮਾਂ ਦਾ ਕੋਈ 1 ਲੱਖ ਰੁਪਇਆ 2 ਲੱਖ ਬਿਆਨਾ ਕਰੇ ਚਾ ਮਾਂ ਸੂਦ ਪਵੇ, ਮਾਂ 40-50 ਹਜ਼ਾਰ ਹੀ ਹੁੰਦਾ, ਹਾਂਜੀ ਇੱਕ ਜ਼ਮੀਨ ਨੇ ਕਿੰਨਾ ਵੇ ਕਰੋੜ ਦਾ ਐਡਾ ਵੱਡਾ ਸੌਦਾ, ਬਿਲਕੁਲ 40-50 ਹਜ਼ਾਰ ਬੜਾ ਬਿਆਨਾ ਹੁੰਦਾ, ਹਾਂਜੀ ਤੇ ਕਵੇ ਮੈਂ ਬਿਲਕੁਲ ਜੀ, ਆਪਾਂ ਦੀ ਸ਼ੋਲਟੀ ਉੱਥੇ ਡੱਬਣ ਜਾਵੇ, ਡੱਬਣ ਲੈ ਜਾਵੇ ਤਾਂ ਕੋਈ ਬਿਰਾ ਦੋਸਤ ਹੇਠ ਬਹਿ ਜਾਵੇ, ਆਪਾਂ ਦੀ ਸ਼ੋਲਟੀ ਉੱਥੇ ਇੱਥੇ ਮੈਂ ਪਾਸ ਕਰ ਲਵਾਂ, ਅੱਛਾ ਜੀ ਠੀਕ ਹੈ, ਅਗਰ ਪਾਸ ਨਾ ਕਰੇ ਆਪਾਂ ਦੀ ਸ਼ੋਲਟੀ ਤੇ ਲਵੇ, ਅੱਛਾ ਤਾਂ ਆਪਾਂ ਮੈਂ ਦੀ ਸ਼ੋਲਟੀ ਦੇਵਣ ਨੂੰ ਤਿਆਰ ਹਾਂ, ਸਮਝ ਆ ਗਈ ਕੋਈ ਨੀ, ਠੀਕ ਹੈ ਜੀ ਸਿੰਘ ਮੈਂ ਚੱਲ ਮਾਜਦਾ, ਬਿਲਕੁਲ ਬਿਲਕੁਲ, ਤੇ ਦੂਜਾ ਤੂੰ ਅਸੀਂ ਸੁਣਾ ਜਾਣਾ, ਹਾਂਜੀ ਦੂਸਰਾ, ਅੱਛਾ ਜੀ ਹਾਂਜੀ ਠੀਕ ਹੋ ਗਈ, ਦੂਜਾ ਸੁਬਾ ਸੁਣਾ ਮੁੱਲ ਕੀਤਾ, ਸਮਝ ਆ ਗਈ ਕੋਈ ਨੀ, ਵਾਕਿਆ ਕੋਈ ਸ਼ੱਕ ਨੀ, ਉਹ ਬਾਹਰ ਚ ਮੈਂ ਤੈਨੂੰ ਦੱਸਿਆ ਜਵਾਨ 8-8 ਲੱਖ ਲਾ, 9-9 ਲੱਖ ਰੁਪਇਆ ਮੈਂ ਸੋਹਣੀ ਮਾਸ਼ਾ ਅੱਲਾਹ ਜ਼ਰੂਰ ਦੇਖ, ਬਰੀਕ ਮੱਝ ਸਾਰੀ, ਤੇ ਭਾਈ ਸ਼ੌਕਿਆ ਜੀ ਮੁੱਲ ਪੱਕਾ ਜਿਹਾ ਕਰ ਦਿਓ, ਜਿੱਥੇ ਆਪਾਂ ਮੈਂ ਵੇਚ ਦੇਣਾ, ਪੱਕਾ ਪੀਡਾ ਜਾ, ਪੱਕਾ ਪੀਡਾ ਜਾ, 5,80,000 ਦੀ ਮੈਂ ਦੇ ਦਿੱਤਾ, ਲਾਡ ਪਿਆਰ ਕਰਤੇ, ਅੱਛਾ 5,80,000, ਹਾਂਜੀ ਠੀਕ ਹੋਗਾ ਜੀ, ਉਹਨਾਂ ਹੀ ਬਹਾਨਾ ਅੱਗੇ ਜੀ ਤੋਂ ਉਹਨਾਂ ਪਿੱਛੇ, 5,80,000 ਰੁਪਇਆ ਡਿਮਾਂਡ ਮਾਲਕਾਂ ਦੀ ਵਿੱਚ ਪਿਆਰ ਮੁਹੱਬਤ ਇਨਸ਼ਾਅੱਲਾ ਬਿਲਕੁਲ ਹੋਵੇਗਾ, ਤੇ ਨੰਬਰ ਆਪਣਾ 0359-1600-211 ਤੇ ਮਿਲਾਂਗੇ ਤਰਵੀਬ ਦੇ ਨਾਲ, ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।